ਇਹ 2 ਕਰੋੜ ਨੌਕਰੀਆਂ ਦੇਣੀਆਂ ਸੀ ਪਹਿਲੇ ਸਾਲ ਦੇ ਵਿੱਚ, ਔਰ ਨੌਕਰੀਆਂ ਖਾਲੀ, ਇਹ ਕਦੇ ਹੋਇਆ ਨਹੀਂ ਹੈ ਜਿਵੇਂ ਕਸੀਆ 'ਚ ਪਹਿਲੀ ਵਾਰੀ ਪੰਜਾਬ ਦੇ ਧੀਆਂ ਪੁੱਤਾਂ ਨੇ ਲੈ ਕੇ ਆਊਗਾ। ਇਸ ਤੋਂ ਪਹਿਲਾਂ ਜਦੋਂ ਅਸੀਂ 16 ਨੰਬਰ ਵਾਰਡ 'ਚ ਗਏ ਸੀ ਉੱਥੇ ਵੀ ਅੱਧੇ ਰਸ਼ ਸੀਗਾ ਜੀ। ਇਸ ਵੇਲੇ ਜੇ ਸ਼ਾਮ ਨੂੰ 500-500 ਬੰਦੇ, ਖਾਸ ਕਰਕੇ ਔਰਤਾਂ ਆ ਰਹੀਆਂ, ਇਹ ਬਹੁਤ ਸ਼ੁਭ ਸਾਈਨ ਹੈ ਜੀ ਸਾਡੇ ਵਾਸਤੇ, ਔਰ ਦੂਜਿਆਂ ਵਾਸਤੇ ਖਤਰੇ ਦੀ ਘੰਟੀ ਹੈ। ਨਾਭੇ ਦੇ ਵਿੱਚ ਅੰਮ੍ਰਿਤ ਯੋਜਨਾ ਦਾ 33 ਕਰੋੜ ਦਾ ਪ੍ਰੋਜੈਕਟ ਆ ਚੁੱਕਿਆ। ਨਾਭੇ ਦੇ ਵਿੱਚ STP ਜਿਹੜਾ 18 ਕਰੋੜ ਦਾ ਤਿਆਰ ਹੋ ਚੁੱਕਿਆ ਜੀ, ਔਰ ਬਾਕੀ ਜਿਹੜੇ ਕੰਮ ਨੇ ਸੜਕਾਂ ਦੇ, ਗਲੀਆਂ ਨਾਲੀਆਂ ਦੇ, ਸਾਰੇ ਕੰਮ ਜਿਹੜੇ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਹਾਂ, ਔਰ ਇਹਨੂੰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਪੂਰਾ ਜੀ ਤੁਸੀਂ ਦੇਖ ਲਓ ਵੀ ਹੁਣ 9 ਵਜਣ ਵਾਲੇ ਆ ਜੀ। ਆਹ ਦੇਖ ਲਓ, ਇਸ ਤੋਂ ਪਹਿਲਾਂ ਜਦੋਂ ਅਸੀਂ 16 ਨੰਬਰ ਵਾਰਡ 'ਚ ਗਏ ਸੀ ਉੱਥੇ ਵੀ ਅੱਧੇ ਰਸ਼ ਸੀਗਾ ਜੀ। ਇਸ ਵੇਲੇ ਜੇ ਸ਼ਾਮ ਨੂੰ 500-500 ਬੰਦੇ, ਖਾਸ ਕਰਕੇ ਔਰਤਾਂ ਆ ਰਹੀਆਂ, ਇਹ ਬਹੁਤ ਸ਼ੁਭ ਸਾਈਨ ਹੈ ਜੀ ਸਾਡੇ ਵਾਸਤੇ, ਔਰ ਦੂਜਿਆਂ ਵਾਸਤੇ ਖਤਰੇ ਦੀ ਘੰਟੀ ਹੈ। ਤੁਸੀਂ ਮੈਨੂੰ ਦੱਸ ਦਿਓ ਵੀ ਨਾਭੇ 'ਚ ਐਡੀ ਵੱਡੀ ਮੀਟਿੰਗ ਹੋਈ ਹੈ ਕਿਸੇ ਦੀ ਜੀ? ਕੋਈ ਇੱਕ ਮੀਟਿੰਗ ਬਾਰੇ ਦੱਸ ਦਿਓ, ਤੁਸੀਂ ਤਾਂ ਮੀਡੀਆ ਵਾਲੇ ਹੋ, ਸਾਰ ਥਾਂ 'ਤੇ ਜਾਂਦੇ ਹੋ, ਕੋਈ ਐਡੀ ਵੱਡੀ ਮੀਟਿੰਗ ਹੋਈ ਹੈ ਕਿਸੇ ਦੀ? ਮੈਂ ਸਵੇਰ ਦੀਆਂ 8 ਮਿੰਟ ਦਾ ਇਹੋ ਜਿਹਾ ਕਰ ਚੁੱਕਿਆ। ਦੇਖੋ ਅਸੀਂ, ਮੈਂ ਐਕਸਰੇ, ਅਲਟਰਾਸਾਊਂਡ, ਦਵਾਈਆਂ ਸਾਰਾ ਕੁਛ ਭੇਜਤਾ, ਡਾਕਟਰ 550 ਭਰਤੀ ਕਰ ਰਿਹਾ, 2000 ਪੋਸਟ ਗ੍ਰੇਡ ਕੀਤੀ ਆ ਮੈਂ, 1300 ਜਿਹੜੇ ਪੈਰਾਮੈਡਿਕਸ ਭਰਤੀ ਕੀਤੇ ਆ, 3300 ਪੋਸਟ ਗ੍ਰੇਡ ਕੀਤੀ ਆ। ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ, ਮੈਡੀਕਲ ਕਾਲਜਾਂ ਤੋਂ ਰਿਕਰੂਟ ਕਰ ਲਿਆ, ਨਿਕਲਦੇ ਸਾਰ ਭਰਤੀ ਕਰ ਲਿਆ ਕਰਨੇ ਆ, ਉਹਨੂੰ ਟਾਈਮ ਲੱਗੇਗਾ ਥੋੜ੍ਹਾ ਜਿਹਾ, ਲੇਕਿਨ 24 ਘੰਟੇ ਦੀਆਂ ਸਰਵਿਸ ਦੇਵਾਂਗੇ। ਮੈਂ ਕਰ ਰਿਹਾ ਜੀ ਭਰਤੀ, ਹੋਰ ਲੇਡੀ ਡਾਕਟਰਸ ਦੀ ਕਮੀ ਆ, ਅਲਟਰਾਸਾਊਂਡ ਐਕਸਰੇ ਵਾਲਿਆਂ ਦੀ ਬਹੁਤ ਜ਼ਿਆਦਾ ਕਮੀ ਆ, ਬੇਹੋਸ਼ੀ ਵਾਲਿਆਂ ਦੀ, ਮੈਡੀਕਲ ਸਪੈਸ਼ਲਿਸਟ ਹੈ ਨਹੀਂ ਗੇ, ਉਹਨਾਂ ਨੂੰ ਮੈਂ ਟ੍ਰੇਨ ਕਰ ਰਿਹਾ, ਜਿਹੜੇ ਬੌਂਡ ਭਰਦੇ ਆ ਸਾਰਿਆਂ ਨੂੰ ਨੌਕਰੀ ਦੇ ਰਿਹਾ ਜੀ। ਹਾਂਜੀ, ਮੈਂ ਕਹਿ ਰਿਹਾ ਜੀ, ਤੁਸੀਂ ਨਾ, ਮੈਂ ਕਈ ਜਗ੍ਹਾ ਤੇ ਜਿੱਥੇ ਕਮੀ ਆ ਨਾ ਜੀ, ਜਿਹੜੇ ਲੋਕਲ, ਮੈਂ ਉਹਨਾਂ ਨੂੰ ਵੀ ਹਾਇਰ ਕਰ ਰਿਹਾ ਪਾਰਲੀਮੈਂਟ ਬੋਰਡ ਤੇ, 4 ਘੰਟੇ ਸਾਡੇ ਕੰਮ ਕਰ ਜਾਓ ਆ ਕੇ, ਸਾਡੇ ਪੇਸ਼ੈਂਟ ਦੇਖ ਜਾਓ, ਉਹ ਵੀ ਮੈਂ ਕਰ ਰਿਹਾ। ਮੈਂ ਇੱਥੋਂ ਇਲੈਕਸ਼ਨ ਤੋਂ ਫ੍ਰੀ ਹੋ ਕੇ ਨਾ ਜੋ ਡਾਕਟਰ ਰੱਖਾਂਗਾ ਕਰਾਂਗੇ ਭਰਤੀ ਕਰ ਰਿਹਾ ਜੀ। ਨਾਭਾ ਸ਼ਹਿਰ ਦੇ ਵਿੱਚ ਬੋੜਾ ਗੇਟ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਆਮ ਆਦਮੀ ਪਾਰਟੀ ਦਾ, ਸਾਡੇ ਮੇਸ਼ੀ ਪ੍ਰਧਾਨ ਜੀ, ਕ੍ਰਿਸ਼ਨ ਪ੍ਰਧਾਨ ਜੀ, ਪ੍ਰਿੰਸ ਪ੍ਰਧਾਨ ਜੀ, ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਆ, ਪੂਰੀ ਨਗਰ ਕੌਂਸਲ ਦੀ ਟੀਮ ਹਾਜ਼ਰ ਰਹੀ ਹੈ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ, ਠਾਠਾ ਮਾਰਦਾ ਘੱਟ ਦੱਸ ਰਿਹਾ ਕਿ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮ, ਨਗਰ ਕੌਂਸਲ ਨਾਭਾ ਦੀ ਪਰਫਾਰਮੈਂਸ ਤੋਂ ਨਾਭਾ ਸ਼ਹਿਰ ਖੁਸ਼ ਹੈ, ਵਿਧਾਨ ਸਭਾ ਖੁਸ਼ ਹੈ ਜੀ, ਪਿੰਡਾਂ ਦੇ ਵਿੱਚ ਵੀ ਅਸੀਂ ਹੋ ਕੇ ਆਏ ਹਾਂ, ਬਹੁਤ ਹੀ ਜ਼ਬਰਦਸਤ ਰੁਝਾਨ ਹੈ, ਔਰ ਪਰਮਾਤਮਾ ਕਿਰਪਾ ਕਰਕੇ ਅਸੀਂ ਨਾਭਾ ਦਾ ਹਸਪਤਾਲ, ਨਾਭੇ ਦਾ ਨਗਰ ਕੌਂਸਲ ਦਾ ਸਿਸਟਮ ਜਿਹੜਾ ਸਾਰਾ, ਇਹਨੂੰ ਹੋਰ ਬਿਹਤਰ ਕਰਾਂਗੇ। ਨਾਭੇ ਦੇ ਵਿੱਚ 66 ਕਰੋੜ ਦਾ ਸੀਵਰੇਜ ਦੀ ਪ੍ਰਪੋਜ਼ਲ ਆਲਰੇਡੀ ਚਲੀ ਗਈ ਹੈ, ਨਾਭੇ ਦੇ ਵਿੱਚ ਅੰਮ੍ਰਿਤ ਯੋਜਨਾ ਦਾ 33 ਕਰੋੜ ਦਾ ਪ੍ਰੋਜੈਕਟ ਆ ਚੁੱਕਿਆ, ਨਾਭੇ ਦੇ ਵਿੱਚ STP ਜਿਹੜਾ 18 ਕਰੋੜ ਦਾ ਤਿਆਰ ਹੋ ਚੁੱਕਿਆ ਜੀ, ਔਰ ਬਾਕੀ ਜਿਹੜੇ ਕੰਮ ਨੇ ਸੜਕਾਂ ਦੇ, ਗਲੀਆਂ ਨਾਲੀਆਂ ਦੇ, ਸਾਰੇ ਕੰਮ ਜਿਹੜੇ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਹਾਂ, ਔਰ ਇਹਨੂੰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਕਾਂਗਰਸ ਦੇ ਟਾਈਮ ਹੀ ਟੈਂਡਰ ਲੱਗਿਆ ਸੀਗਾ, ਉਹ ਜਿਹੜੇ ਠੇਕੇਦਾਰ ਕੋਲ ਟੈਂਡਰ ਸੀ ਉਹ ਬਲੈਕਲਿਸਟ ਹੋ ਗਿਆ ਜੀ, ਉਹਦਾ ਕੰਮ ਘਾਟੀ ਕਿਉਂਕਿ ਬਲੈਕਲਿਸਟ ਹੋ ਗਿਆ, ਨਵੇਂ ਸਿਰੋਂ ਆਇਆ, ਉਹ ਟੈਂਡਰ ਬਿਲਕੁਲ ਬਣ ਕੇ ਤਿਆਰ ਆ, ਲੋਕਡਾਊਨ ਉੱਥੇ ਆ ਚੁੱਕੀ ਹੈ, ਅਸੀਂ ਬਹੁਤ ਜਲਦੀ ਇਲੈਕਸ਼ਨ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਉਹ ਜਿਹੜੀ ਹੈ ਘੋੜਿਆਂ ਵਾਲਾ ਗੁਰੂ ਘਰ ਦੀ ਜਿਹੜੀ ਸੜਕ ਹੈ, ਪੱਥਰਾਂ ਵਾਲੀ ਸੜਕ, ਉਹ ਬਣ ਜਿਹੜੀ ਹੈ ਬਹੁਤ ਖੂਬਸੂਰਤ, ਮੈਂ ਇੱਕ ਵਾਅਦਾ ਕਰਦਾ, ਨਾਭੇ ਦੀ ਸਭ ਤੋਂ ਸੋਹਣੀ ਸੜਕ ਜਿਹੜੀ ਹੈ ਪੱਥਰਾਂ ਵਾਲੀ ਗੁਰੂ ਘਰ ਦੇ ਸਾਹਮਣੇ ਬਣੇਗੀ। ਬਿਲਕੁਲ ਨਹੀਂ, ਬਾਅਦ ਚਾਹੇ ਤਾਂ ਇਲੈਕਸ਼ਨ ਕੋਡ ਲੱਗਿਆ ਹੈ ਜੀ, ਇਲੈਕਸ਼ਨ ਤੋਂ ਖਤਮ ਹੋਣ ਤੋਂ ਬਾਅਦ 3 ਸਾਲ ਪਏ ਨੇ ਸਰਕਾਰ ਦੇ, ਹਲੇ ਕੰਮ ਤਾਂ ਪੰਜਾਬ ਸਰਕਾਰ ਨੇ ਕਰਨਾ, ਨਗਰ ਕੌਂਸਲ ਨੇ ਕਰਨਾ, ਤੇ ਉਹ ਸਾਰੇ ਕੰਮ ਜਿਹੜੇ ਨੇ
ਉਹ ਕਰਨੇ ਆ। ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ, ਇਨਡੋਰ ਆਡੀਟੋਰੀਅਮ ਦਾ 35 ਕਰੋੜ ਦਾ ਪ੍ਰੋਜੈਕਟ ਬਣਾ ਕੇ ਭੇਜਤਾ। ਅਸੀਂ ਇਹ ਪਹਿਲੀ ਵਾਰੀ ਕਰ ਰਹੇ ਹਾਂ ਕਿ ਸਰਕਾਰੀ ਜਿੰਮ ਨਾਭਾ ਦੇ ਵਿੱਚ ਖੋਲ੍ਹਿਆ ਜਾਵੇ, ਜਿਹੜਾ ਕਿ ਬਹੁਤ ਘੱਟ ਰੇਟ ਦੇ ਉੱਪਰ ਨਾਭੇ ਦਾ ਹਰ ਵਸਨੀਕ ਜਿਹੜਾ ਜੀ ਉਹ ਜਿਹੜਾ ਜਿੰਮ ਆ ਉਹ ਜੁਆਇਨ ਕਰੇ ਔਰ ਆਪਣੀ ਸਿਹਤ ਜਿਹੜੀ ਆ ਤੰਦਰੁਸਤ ਰੱਖੇ। ਹਨੇਰੀ ਆਈ ਪਈ ਆ, ਝਾੜੂ ਝਾੜੂ ਹੋਈ ਪਈ ਆ, ਅਕਾਲੀ ਕਾਂਗਰਸ ਵਾਲਿਆਂ ਦਾ ਨਾਂ ਹੀ ਨਹੀਂ ਪਤਾ ਕਿਸੇ ਨੂੰ ਕਿ ਕੈਂਡੀਡੇਟ ਕੌਣ ਨੇ। ਬਹੁਤ ਬਹੁਤ ਧੰਨਵਾਦ ਮਹਾਨ ਸਾਹਿਬ। ਆਮ ਆਦਮੀ ਪਾਰਟੀ ਨਾਭਾ ਦੀ ਸਮੁੱਚੀ ਲੀਡਰਸ਼ਿਪ ਵਾਰਡ ਨੰਬਰ 14, 15 ਤੇ 17 ਤੋਂ ਜਿੰਨੇ ਵੀ ਮੇਰੇ ਭੈਣਾਂ ਦੇ ਭਰਾ ਪਹੁੰਚੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਔਰ ਤੁਸੀਂ ਸਾਰੇ ਇਸ ਵੇਲੇ ਸਾਨੂੰ ਸੁਣਨ ਵਾਸਤੇ ਇੱਥੇ ਬੈਠੇ ਹੋ, ਤੁਹਾਡਾ ਇੱਕ ਇੱਕ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਅਸੀਂ 2 ਸਾਲ ਪਹਿਲਾਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ, ਤੁਸੀਂ ਮਾਨ ਸਾਹਿਬ ਨੂੰ ਵੱਡੇ ਮਾਰਚਾਂ ਜਿਤਾਇਆ ਔਰ ਦਿਹਾਤੀ ਵਾਲਿਆਂ ਨੇ ਮੈਨੂੰ ਮੇਰੀ 53,000 ਦੀ ਲੀਡ ਸੀ, ਇਹਨਾਂ ਦੀ 52,000 ਦੀ ਲੀਡ ਸੀ, ਅਸੀਂ ਪਹਿਲੇ ਤੇ ਦੂਜੇ ਨੰਬਰ ਤੇ ਆਏ ਔਰ ਜਿੰਨੀਆਂ ਅਸੀਂ ਇਲੈਕਸ਼ਨ ਲੜੀਆਂ ਉਹਦੇ 'ਚ ਹਮੇਸ਼ਾ ਅਖਬਾਰਾਂ ਦਿਹਾਤੀ ਨੇ ਔਰ ਨਾਭੇ ਨੇ ਸਾਡਾ ਹਮੇਸ਼ਾ ਮਾਣ ਰੱਖਿਆ। ਔਰ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਜੀ, ਮਲਖਰ ਭਾਟੀਆ ਸਾਹਿਬ ਕਹਿ ਰਹੇ ਸੀ ਕਿ ਸਾਨੀ ਸਾਹਿਬ ਕਹਿ ਰਹੇ ਸੀ ਤੁਹਾਨੂੰ ਪਹਿਲੇ ਨੰਬਰ 'ਤੇ ਆਉਣਾ ਤੁਸੀਂ ਪੰਜਾਬ ਨੂੰ ਇਸ ਬਾਰੇ, ਜੋ ਮੈਨੂੰ ਲੱਗਦਾ ਤੁਸੀਂ ਆ ਜਾਣਾ, ਤੁਹਾਡੀ ਗਿਣਤੀ ਦੇਖ ਕੇ ਮੈਨੂੰ ਲੱਗ ਰਿਹਾ ਤੁਹਾਨੂੰ ਬਹੁਤ ਵੱਡੇ ਵੱਡੇ ਨਾਮ ਮਿਲਣੇ ਆ। ਗ੍ਰਾਂਟ ਮੇਰੇ ਕੋਲੋਂ 2.5 ਕਰੋੜ ਸਾਰੇ ਸੰਗਲੀ ਸਾਹਿਬਾਂ ਨੂੰ 2.5 ਕਰੋੜ ਪੁੱਛਦੇ ਆ ਜੀ, ਜਿਹੜਾ ਪਹਿਲੇ ਨੰਬਰ 'ਤੇ ਆਊਗਾ ਉਹਦਾ 2.5 ਲੱਖ 5 ਕਰੋੜ ਹੋ ਜਾਣਾ, ਡਬਲ ਹੋ ਜਾਣਾ। ਸੋ ਤੁਸੀਂ ਤਕੜੇ ਹੋ ਕੇ ਆਪਣੇ ਨਾਭੇ ਦੀ ਗ੍ਰਾਂਟ ਡਬਲ ਕਰ ਸਕਦੇ ਹੋ। ਇਹ MP ਦੀ ਗ੍ਰਾਂਟ ਆ ਜੀ, ਜੋ ਪਹਿਲਾਂ ਆ ਰਹੀਆਂ ਉਹਦੀ ਐਡੀਸ਼ਨ ਆਉਣੀ ਆ। ਔਰ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਹੈ, ਆ ਜਿਹੜੇ ਮੇਰੇ ਭਰਾ ਤੁਹਾਡੇ ਜਨਰਲ ਸਟੋਰ ਵਾਲੇ, ਕਰਿਆਨਾ ਵਾਲੇ, ਆ ਸਾਹਮਣੇ ਜਿਹੜੇ ਤੋਂ ਜਿੰਨੇ ਵੀ ਆ ਸ਼ੋਰੂਮ ਆ ਗਏ, ਅੰਦਰ ਆ ਗਏ, ਬੱਚਿਆਂ ਦੇ ਖੇਡਣ ਦਾ ਸਾਜੋ ਸਮਾਨ ਵਾਲੇ, ਜਿੰਨੇ ਟ੍ਰੇਡਰਸ ਹੈਗੇ ਆ, ਅਸੀਂ ਇਹਨਾਂ ਦੀ ਜ਼ਿੰਦਗੀ ਵੀ ਆਸਾਨ ਕਰਾਂਗੇ, ਘਰਾਂ ਦੀ ਬਿਜਲੀ ਫ੍ਰੀ ਹੋ ਗਈ, ਜਿਹਨਾਂ ਦੀ ਹੋਈ ਆ ਤਾਲੀਆਂ ਬਜਾ ਦੇ ਉੱਪਰ। ਆ ਜਿਹੜੇ ਦੁਕਾਨਾਂ ਵਾਲੇ, ਜਿੰਨੇ ਬਿਜ਼ਨਸਮੈਨ ਹੈ, ਸਾਡਾ ਅਗਲਾ ਜਿਹੜਾ ਸਟੈਪ ਹੈ ਉਹ ਹੈਗਾ ਕਿ ਇਹਨਾਂ ਦੇ ਜਿਹੜੇ ਬਿਜਲੀ ਦੇ ਰੇਟ ਉਹ ਘਟਣੇ ਸ਼ੁਰੂ ਹੋ ਜਾਣਗੇ, ਕਿਉਂਕਿ ਮਾਨ ਸਾਹਿਬ ਨੇ ਆਪਣਾ ਥਰਮਲ ਪਲਾਂਟ ਖਰੀਦ ਲਿਆ, ਆਪਣੀ ਕੋਲ ਮਾਈਨ ਜਿਹੜੀ ਚੱਲਦੀ ਹੋਊਗੀ ਪਿਛਵਾੜਾ ਦੀ। ਪਹਿਲਾਂ ਜਿਹਦੇ ਇਹ 12 ਰੁਪਏ ਦਿੰਦੇ ਸੀ ਪਰ ਯੂਨਿਟ, ਜੇ ਥਰਮਲ ਪਲਾਂਟ ਬੰਦ ਹੁੰਦਾ ਸੀ ਤਾਂ ਵੀ, ਹੁਣ ਸਾਨੂੰ 3-3.5 ਰੁਪਏ 'ਚ ਬਿਜਲੀ ਪੈ ਰਹੀ ਹੈ, ਬਹੁਤ ਜਲਦੀ ਇਹਨਾਂ ਦੇ ਬਿਜਲੀ ਦੇ ਰੇਟ ਘਟਣੇ ਸ਼ੁਰੂ ਹੋ ਜਾਣਗੇ। ਇਹਨਾਂ ਨੇ ਸਫਾਈ ਕਰਮਚਾਰੀ ਠੇਕੇ 'ਤੇ, ਅਧਿਆਪਕ ਠੇਕੇ 'ਤੇ, ਮੈਡੀਕਲ ਸਟਾਫ ਠੇਕੇ 'ਤੇ 65 'ਤੇ ਲੈ ਜਾਣਾ। ਜਦੋਂ ਅਸੀਂ ਉੱਥੇ ਪਹੁੰਚ ਗਏ, ਆ ਜਿਹੜੀਆਂ ਮੇਰੀਆਂ ਤੁਹਾਨੂੰ ਅਸੀਂ ਕੋਈ ਨਾ ਕੋਈ ਟੈਕਨੀਕਲ ਇੰਸਟੀਚਿਊਟ ਦੇਵਾਂਗੇ ਜੀ ਵੱਡੀ, ਕਿਉਂਕਿ ਨਾਭੇ ਦੇ ਵਿੱਚ ਇੰਡਸਟਰੀ ਬਹੁਤ ਸਾਰੀ ਹੈ ਔਰ ਐਗਰੋ ਵੇਸਟ ਇੰਡਸਟਰੀ ਮੈਂ ਲੈ ਕੇ ਆਊਂਗਾ, ਉਹਦੇ ਵਾਸਤੇ ਤੁਹਾਡੇ ਅਸੀਂ ਟੈਕਨੀਕਲ ਟੀਚਰਸ, ਜਿਹੜੀ ਇੱਕ ਟੈਕਨੀਕਲ ਇੰਸਟੀਚਿਊਸ਼ਨ ਹੋਏਗੀ, ਇੱਕ ਟੈਕਨੀਕਲ ਕਾਲਜ ਜਿਹੜਾ ਤੁਹਾਡਾ ਨਾਭੇ ਦੇ ਵਿੱਚ ਸ਼ੁਰੂ ਕਰਾਂਗੇ ਜੀ, ਉਹ ਮੈਂ ਲੈ ਕੇ ਆਊਂਗਾ। ਨਾਭੇ ਦਾ ਹਸਪਤਾਲ ਜਿਹੜਾ ਤੁਹਾਡਾ, ਉਹਦੇ 'ਚ MCH ਸੈਂਟਰ ਨਵਾਂ ਬਣ ਗਿਆ, ਜਿਵੇਂ ਤੁਹਾਡੇ ਸਾਰੇ ਵਾਰਡ ਆ, 1 ਕਿਲੋਮੀਟਰ ਤੋਂ ਜ਼ਿਆਦਾ ਤੁਹਾਨੂੰ ਚੱਲਣਾ ਨਹੀਂ ਪਏਗਾ, ਨੋਰਮਲ ਬਲੱਡ ਪ੍ਰੈਸ਼ਰ, ਸ਼ੂਗਰ, ਖਾਂਸੀ, ਜ਼ੁਕਾਮ, ਬੁਖਾਰ ਇਹਨਾਂ ਬਿਮਾਰੀਆਂ ਵਾਸਤੇ ਹਰ 1 ਜਾਂ 1.5 ਕਿਲੋਮੀਟਰ ਦੇ ਉੱਤੇ ਮੁਹੱਲਾ ਕਲੀਨਿਕ ਬਣਾ ਕੇ ਦਿਊਂਗਾ ਜੀ ਤੁਹਾਨੂੰ ਅਗਲੇ 5 ਸਾਲ ਦੇ। ਇਹ 2 ਕਰੋੜ ਨੌਕਰੀਆਂ ਦੇਣੀਆਂ ਸੀ ਪਹਿਲੇ ਸਾਲ ਦੇ ਵਿੱਚ ਔਰ ਨੌਕਰੀਆਂ ਖਾਲੀ, ਇੱਕ ਹਜੇ ਹੋਇਆ ਨਹੀਂ ਹੈ, ਜਿਵੇਂ ਕਸੀਆ 'ਚ ਪਹਿਲੀ ਵਾਰੀ ਪੰਜਾਬ ਦੇ ਧੀਆਂ ਪੁੱਤਾਂ ਨੇ ਲੈ ਕੇ ਆਊਂਗਾ ਜੀ। ਤੁਸੀਂ ਵੈਸੇ ਤਿਆਰੀ ਕਰ ਰੱਖੀ ਹੈ ਪਰ ਫਿਰ ਵੀ ਮੈਂ ਕਹਿ ਦਿੰਦਾ, 1 ਤਰੀਕ ਨੂੰ ਝਾੜੂ ਦਾ ਬਟਨ ਦਬ ਦਬ ਕੇ ਮਸ਼ੀਨ ਦੀਆਂ ਚੀਕਾਂ ਕਢਾ ਦਿਓ, ਠੀਕ ਹੈ ਜੀ, ਕਢਾ ਦੋਗੇ।
ਔਰ ਅਸੀਂ ਚਾਰ ਨੂੰ ਰਿਜ਼ਲਟ ਆ ਜਾਣਾ। ਇਹਨਾਂ ਤੋਂ ਬਚ ਕੇ ਰਹੀਓ। ਇਹੀ ਲੋਕ ਹੈ ਜਿਨ੍ਹਾਂ ਨੇ ਗੈਸ ਦਾ ਸਿਲੰਡਰ 400 ਤੋਂ 1000 ਦਾ ਕੀਤਾ। ਇਹੀ ਲੋਕ ਹੈ ਜਿਨ੍ਹਾਂ ਨੇ ਈਵਨ ਫੌਜ ਦੀ ਨੌਕਰੀ ਜਿਹੜੀ ਹੈਗੀ ਆ ਉਹਨੂੰ ਅਗਨੀਵੀਰ ਬਣਾ ਕੇ ਉਹ ਵੀ ਠੇਕੇ 'ਤੇ ਕਰਤੀ। ਇਹੀ ਲੋਕ ਹੈ ਜਿਨ੍ਹਾਂ ਨੇ ਜਿਹੜੀਆਂ ਠੇਕੇ ਤੁਹਾਡੇ ਧੀਆਂ ਪੁੱਤਾਂ ਨੂੰ, ਸਫਾਈ ਕਰਮਚਾਰੀਆਂ ਨੂੰ, ਅਧਿਆਪਕਾਂ ਨੂੰ ਠੇਕੇ 'ਤੇ ਰੱਖਦੇ ਆ, ਠੇਕਾ ਦੇਣ ਵਾਲਿਆਂ। ਇਹਨਾਂ ਨੇ ਪੈਨਸ਼ਨ ਵੀ ਬੰਦ ਕੀਤੀ ਹੋਈ ਆ, ਗਰੀਬਾਂ ਦੇ ਘਰਾਂ ਦੇ ਪੈਸੇ ਨਹੀਂ ਦਿੰਦੇ, ਕਿਸਾਨਾਂ ਦੇ ਮੰਡੀਆਂ ਦੇ ਪਿੰਡਾਂ ਦੇ ਪੇਂਡੂ ਵਿਕਾਸ ਦੇ ਸਾਰੇ ਪੈਸੇ ਰੋਕ ਕੇ ਬੈਠੇ ਆ, ਉਹ ਅਸੀਂ ਲੈ ਕੇ ਆਉਣੇ ਆ। ਅਸੀਂ ਜਿੱਦਣ ਤੁਹਾਡੇ ਇਹ ਆ ਗਏ, ਤੁਹਾਡੇ ਦੁਬਾਰਾ ਬਿਜਲੀ ਦੇ ਬਿੱਲ ਲੱਗ ਜਾਣਗੇ ਔਰ ਸਾਰੇ ਜਿਹੜੇ ਤੁਹਾਡੇ ਦੁਬਾਰਾ ਤੋਂ ਸਾਰੇ ਰੇਟ ਵਧਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਬਚ ਕੇ ਰਹੀਓ, ਬਚ ਕੇ ਰਹੀਓ ਆਪ।